ਦੋਸਤੋ, ਹੁਣ ਅਸੀਂ ਤੁਹਾਡੀ ਮੁਲਾਕਾਤ ਇੱਕ ਨੈਸ਼ਨਲ ਅਵਾਰਡੀ ਸ਼੍ਰੀ ਕੁਲਵਿੰਦਰ ਸਿੰਘ ਥਿਆੜਾ ਜੀ ਨਾਲ ਕਰਵਾਵਾਂਗੇ, ਜੋ ਕਿ ਇਸ ਵੇਲੇ ਕਮਾਂਡੈਂਟ ਨੇ 80 ਬਟਾਲੀਅਨ PAP ਜਲੰਧਰ ਵਿੱਚ। ਇਹਨਾਂ ਦਾ ਬਹੁਤ ਸ਼ੌਕ ਆ ਵੀ ਸਾਡੇ ਪੰਜਾਬ ਵਿੱਚ, ਸਾਡੇ ਦੇਸ਼ ਵਿੱਚ ਖੇਡਾਂ ਦਾ ਪੱਧਰ ਹੋਰ ਪ੍ਰਫੁੱਲਿਤ ਹੋਵੇ। ਇਹਨਾਂ ਨਾਲ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ। ਥਿਆੜਾ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਇਹ ਦੱਸੋ ਵੀ ਜੇ ਆਪਾਂ ਸਟੇਟ ਲੈਵਲ 'ਤੇ ਗੱਲ ਕਰੀਏ, ਪੰਜਾਬ ਵਿੱਚ ਖੇਡਾਂ ਦੀ ਸਥਿਤੀ ਐਜ਼ ਔਨ ਟੂਡੇ ਕਿਹੋ ਜਿਹੀ ਹੈਗੀ ਆ? ਪਰ ਜੀ, ਟੂ ਬੀ ਵੈਰੀ ਫਰੈਂਕ, ਜਿਹੜੀ ਸਪੋਰਟਸ ਦਾ ਜਿਹੜਾ ਪੱਧਰ ਆ, ਹਾਂਜੀ, ਪੰਜਾਬ ਦੇ ਵਿੱਚ ਜਦੋਂ ਅਸੀਂ ਖੇਡਦੇ ਹੁੰਦੇ ਸੀ ਉਦੋਂ ਨਾਲੋਂ ਵੀ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਇੰਪਰੂਵਮੈਂਟ ਨਹੀਂ ਹੋਈ। ਅੱਛਾ ਜੀ। ਜਿਹੜੀ ਕਿ ਜਿੰਨੀ ਸਾਨੂੰ ਆਸ ਸੀਗੀ, ਹਾਂਜੀ, ਉਸ ਹਿਸਾਬ ਨਾਲ ਸਮਝਦਾ ਕਿ ਸਪੋਰਟਸ ਦਾ ਜਿਹੜਾ ਪੱਧਰ ਆ ਕੋਈ ਬਹੁਤ ਜ਼ਿਆਦਾ ਉੱਚਾ ਨਹੀਂ ਹੋਇਆ। ਤੁਸੀਂ ਕਿਹੜੇ ਸਨ ਕਿ ਜ਼ਿਆਦਾ ਐਕਟਿਵਲੀ ਸਪੋਰਟਸ ਵਿੱਚ ਖੇਡਦੇ ਸੀ? ਮੈਂ ਪਰ ਜੀ 74 ਤੋਂ ਲੈ ਕੇ ਤਕਰੀਬਨ 84-85 ਤੱਕ ਜਿਮਨਾਸਟਿਕ ਦੇ ਵਿੱਚ ਖੇਡਦਾ ਰਿਹਾ ਹਾਂ। ਹਾਂਜੀ ਹਾਂਜੀ। ਔਰ ਵੱਖ ਵੱਖ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਆ। ਹਾਂਜੀ ਹਾਂਜੀ। ਉਸ ਤੋਂ ਬਾਅਦ ਜਦੋਂ ਛੱਡੀ ਆ, ਪੁਲਿਸ ਦੀ ਟੀਮ ਵੀ ਮੈਂ ਹੀ ਤਿਆਰ ਕੀਤੀ ਸੀ। ਅੱਛਾ ਜੀ। ਔਰ ਪੁਲਿਸ ਦੀ ਟੀਮ ਜਿਹੜੀ ਆ, ਅਸੀਂ ਨੈਸ਼ਨਲ ਚੈਂਪੀਅਨ ਰਹੇ ਹਾਂ। ਹਾਂਜੀ ਹਾਂਜੀ। ਔਰ ਆਲ ਇੰਡੀਆ ਪੁਲਿਸ ਦੇ ਚੈਂਪੀਅਨ ਰਹੇ ਹਾਂ, ਫੈਡਰੇਸ਼ਨ ਕੱਪ ਦੇ ਚੈਂਪੀਅਨ ਰਹੇ ਹਾਂ। ਜੀ ਜੀ। ਉਦੋਂ ਬੜੀ ਟੌਪ ਕਲਾਸ ਟੀਮ ਹੁੰਦੀ ਸੀ ਸਾਡੇ ਵੇਲੇ। ਹਾਂਜੀ ਹਾਂਜੀ। ਔਰ ਉਸ ਤੋਂ ਬਾਅਦ ਫਿਰ ਇੰਡੀਆ ਟੀਮ ਦੇ ਨਾਲ ਰਹੇ ਹਾਂ, ਇੰਡੀਆ ਟੀਮ ਨੂੰ ਕੋਚ ਕੀਤਾ। ਹਾਂਜੀ। ਉਦੋਂ ਅਸੀਂ ਸਾਰਕ ਚੈਂਪੀਅਨਸ਼ਿਪ ਜਿੱਤੀ। ਬਹੁਤ ਅੱਛੀ। ਉਸ ਤੋਂ ਬਾਅਦ ਫਿਰ ਏਸ਼ੀਅਨ ਗੇਮਾਂ ਜਿਹੜੀਆਂ ਹੀਰੋਸ਼ੀਮਾ ਹੋਈਆਂ ਸੀ, ਉਦੋਂ ਮੈਂ ਬਤੌਰ ਜੱਜ ਵੀ ਉੱਥੇ ਗਿਆ ਸੀ। ਅੱਛਾ, ਚਲੋ, ਇਹ ਟਰਨ ਬਾਈ ਟਰਨ ਅਸੀਂ ਸਾਰੀਆਂ ਨੈਸ਼ਨਲ ਗੇਮਸ, ਏਸ਼ੀਅਨ, ਜਿਹੜਾ ਓਲੰਪਿਕ ਜਾਂ ਕਾਮਨਵੈਲਥ, ਸਾਰੀਆਂ ਗੱਲ ਕਰਾਂਗੇ। ਪਰ ਤੁਸੀਂ ਦੇਖੋ, ਇੰਨੇ ਪੀਰੀਅਡ ਵਿੱਚ ਹੁਣ ਰਿਸੋਰਸਿਸ ਵੀ ਅੱਗੇ ਨਾਲ ਵੱਧ ਗਏ ਹੈਗੇ, ਡਿਵੈਲਪਮੈਂਟ ਕਿਉਂ ਨਹੀਂ ਹੋਈ ਹੈਗੀ, ਕੀ ਕਾਰਨ ਰਹਿ ਗਏ ਹੈਗੇ? ਪਰ ਜੀ, ਮੈਂ ਜਿਹੜਾ ਬੇਸਿਕ ਕਾਰਨ ਆ ਉਹ ਸਮਝਦਾ ਵੀ ਜਿਹੜਾ ਸਪੋਰਟਸ ਦਾ ਮਾਹੌਲ ਆ, ਹਾਂਜੀ, ਅਸੀਂ ਉਹ ਨਹੀਂ ਬਣਾ ਸਕੇ। ਅੱਛਾ ਜੀ। ਤੁਸੀਂ ਦੇਖੋ, ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਆ, ਜੇ ਉਹ ਜਿਹੜੀਆਂ ਗਰਾਊਂਡਾਂ ਠੇਕੇ 'ਤੇ ਦੇਈ ਜਾਂਦੀਆਂ, ਜਿਹੜੀ ਉਹਨਾਂ ਕੋਲ ਜ਼ਮੀਨ ਆ, ਜੇ ਉੱਥੇ ਉਹ ਗਰਾਊਂਡਸ ਡਿਵੈਲਪ ਕਰਨ, ਇੱਕ ਐਟਮੋਸਫੀਅਰ ਜਿਹੜਾ ਆ ਬੱਚਿਆਂ ਨੂੰ ਮਿਲੇ ਸਪੋਰਟਸ ਵਾਲਾ, ਉਹ ਮੈਂ ਸਮਝਦਾ ਕਿ ਉਹਦੀ ਘਾਟ ਆ, ਉਹ ਨਹੀਂ ਮਿਲ ਰਿਹਾ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਹਰ ਪਿੰਡ ਵਿੱਚ ਇੱਦਾਂ ਸ਼ਾਮ ਨੂੰ ਬੱਚੇ ਖੇਡਦੇ ਸੀ, ਅੱਜ ਕੱਲ੍ਹ ਮੇਰੇ ਖਿਆਲ ਉਹ ਕਲਚਰ ਵੀ ਗਾਇਬ ਆ। ਕਾਫੀ ਫਰਕ ਆ ਜੀ, ਮੈਂ ਉਹੀ ਜਿਹੜੀ ਤੁਹਾਨੂੰ ਦੱਸਿਆ ਕਿ ਪਿੰਡਾਂ ਦੇ ਵਿੱਚ ਉਹ ਕਲਚਰ, ਮਾਹੌਲ, ਐਟਮੋਸਫੀਅਰ ਬਣਾਉਣ ਦੀ ਲੋੜ ਆ। ਜਿਹੜੀਆਂ ਹੁਣ ਪੰਚਾਇਤਾਂ ਨਵੀਆਂ ਚੁਣੀਆਂ ਗਈਆਂ ਆ, ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੀਆਂ ਪੇਂਡੂ ਇਹਨਾਂ ਕੋਲ ਜਿਹੜੀਆਂ ਜ਼ਮੀਨਾਂ ਆ, ਉੱਥੇ ਵੱਖ ਵੱਖ ਗਰਾਊਂਡਾਂ ਬਣਾਉਣ। ਜਦੋਂ ਅਸੀਂ ਖੇਡਦੇ ਹੁੰਦੇ ਸੀ ਉਦੋਂ ਮੈਂ ਸਪੋਰਟਸ ਸਕੂਲ ਅਤੇ ਸਪੋਰਟਸ ਕਾਲਜ ਜ਼ਿਆਦਾ ਪੜ੍ਹਿਆ ਆ, ਉੱਥੇ ਜਦੋਂ ਸ਼ਾਮ ਨੂੰ ਜਾਈਦਾ ਸੀ ਤਾਂ ਜਿਹੜੇ ਉੱਥੇ ਗਰਾਊਂਡ ਮੈਨ ਹੁੰਦੇ ਸੀ, ਉਹਨਾਂ ਨੇ ਗਰਾਊਂਡਾਂ ਗੁੱਡੀਆਂ ਹੁੰਦੀਆਂ ਸੀ, ਪਾਣੀ ਛਿੜਕਿਆ ਹੁੰਦਾ ਸੀ, ਮਾਲੀ ਹੁੰਦੇ ਸੀ ਜਿਨ੍ਹਾਂ ਨੇ ਬੂਟਿਆਂ ਦੀ ਕਟਿੰਗ ਕੀਤੀ ਹੁੰਦੀ ਸੀ, ਉਹ ਇੱਕ ਇੱਦਾਂ ਦਾ ਮਾਹੌਲ ਹੁੰਦਾ ਸੀ ਵੀ ਸਪੋਰਟਸ ਖੇਡਣ ਨੂੰ ਜੀ ਕਰਦਾ ਹੁੰਦਾ ਸੀ, ਜਿਹੜਾ ਮੈਂ ਸਮਝਦਾ ਹੁਣ ਕਿਤੇ ਨਾ ਕਿਤੇ ਮਿਸਿੰਗ ਆ। ਚਲੋ, ਤੁਹਾਡੇ ਮਹਿਕਮੇ ਦੀ ਗੱਲ ਕਰਦੇ, ਵੈਸੇ ਤਾਂ ਜਿਹੜਾ PAP ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈਗਾ, ਹਰ ਇੱਕ ਡਿਸਿਪਲਨ ਵਿੱਚ ਬਹੁਤ ਸੋਹਣੀਆਂ ਟੀਮਾਂ ਤਿਆਰ ਹੈਗੀਆਂ। ਪਹਿਲਾਂ ਤਾਂ ਇਹੋ ਪੁਲਿਸ ਦਾ, PAP ਦਾ ਕੀ ਕੰਟਰੀਬਿਊਸ਼ਨ ਹੈਗਾ, ਕਿਹੜੀਆਂ ਕਿਹੜੀਆਂ ਗੇਮਾਂ ਵਿੱਚ? ਇੱਥੇ ਭਾਅ ਜੀ ਸਾਡੇ ਕੋਲ ਪੁਲਿਸ ਦੇ ਵਿੱਚ ਜਦੋਂ ਸਰਦਾਰ ਮਹਿਲ ਸਿੰਘ ਭੁੱਲਰ DGP ਸਾਹਿਬ ਸੀ, DGP ਸੀਗੇ, ਉਹ ਤੋਂ ਪਹਿਲਾਂ IGP ਇੱਥੇ ਰਹੇ, IGP ਵੀ ਰਹੇ ਆ, ਉਦੋਂ ਸਪੋਰਟਸ ਦਾ ਕਲਚਰ ਇੱਥੇ ਕਾਫੀ ਡਿਵੈਲਪ ਹੋਇਆ ਸੀ। ਹਾਂਜੀ ਹਾਂਜੀ। ਹੁਣ ਮੌਜੂਦਾ ਤੌਰ ਤੇ ਸਾਡੇ DG ਸਰਦਾਰ ਕੁਲਦੀਪ ਸਿੰਘ ਹੋਣੀ, ਇਹ ਵੀ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਆ। ਹਾਂਜੀ ਹਾਂਜੀ। ਸੋ ਇੱਥੇ ਸਾਡੇ ਕੋਲ ਆਲਮੋਸਟ ਸਾਰੀਆਂ ਹੀ ਟੀਮਸ ਹੈਗੀਆਂ, ਜਿਵੇਂ ਹਾਕੀ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਜਿਮਨਾਸਟਿਕ, ਕਬੱਡੀ, ਰੈਸਲਿੰਗ,
ਤੇ ਇੱਥੇ ਔਰ ਇਹ ਜਿਹੜੇ ਸਾਡੇ ਪੁਲਿਸ ਤੇ ਕੰਪੀਟੀਸ਼ਨ ਹੁੰਦੇ ਸਪੋਰਟਸਮੈਨ ਆ ਹੁੰਦੇ ਪੁਲਿਸ ਦੇ ਕੰਪੀਟੀਸ਼ਨ ਤੋਂ ਇਲਾਵਾ ਇਲਾਵਾ ਜਿਹੜੀ ਨੈਸ਼ਨਲ ਲੈਵਲ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜੇ ਰਿਪ੍ਰੈਜੈਂਟੇਸ਼ਨ ਆ ਤੇ ਉਹ ਜ਼ਿਆਦਾ ਪੁਲਿਸ ਦੀ ਆ, ਕਾਫੀ ਬੱਚੇ ਸਾਡੇ ਨੈਸ਼ਨਲ ਲੈਵਲ ਤੇ ਔਰ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਆ ਉਹ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਉਹ ਪਾਰਟੀਸਪੇਟ ਕਰਦੇ। ਚਲੋ ਹੁਣ ਅਸੀਂ ਜਿਹੜੀਆਂ ਹੈਗੀ ਇੰਟਰਨੈਸ਼ਨਲ ਗੇਮਾਂ ਜਿਹਦੇ ਵਿੱਚ ਸਾਡਾ ਅੱਗੇ ਨਾਲੋਂ ਗ੍ਰਾਫ ਤਾਂ ਥੋੜ੍ਹਾ ਜਿਹਾ ਵਧਿਆ ਹੈਗਾ ਪਰ ਬਹੁਤਾ ਅਜੇ ਸਨਮਾਨਜਨਕ ਨਹੀਂ ਹੋਇਆ ਹੈਗਾ। ਏਸ਼ੀਅਨ ਗੇਮਸ ਦਾ ਜਿਹੜੀਆਂ ਪਿਛਲੇ 3-4 ਟਰਮ 'ਤੇ ਹੋਈਆਂ ਉਹਦਾ ਕਿੰਨਾ ਕੁ ਤੁਸੀਂ ਇੰਪਰੂਵਮੈਂਟ ਦੇਖਦੇ ਹੋ? ਨਹੀਂ, ਨੈਚੁਰਲੀ ਸਟੈਂਡਰਡ ਜਿਹੜਾ ਉਹ ਅੱਗੇ ਨਾਲੋਂ ਇੰਪਰੂਵ ਹੋਇਆ ਆ। ਹਾਂਜੀ ਹਾਂਜੀ, ਪਰ ਜਿੰਨਾ ਹੋਣਾ ਚਾਹੀਦਾ ਸੀ ਉਹਨਾਂ ਇੰਪਰੂਵ ਨਹੀਂ ਹੋਇਆ। ਹਾਂਜੀ ਹਾਂਜੀ, ਔਰ ਉਹਦੀ ਜਿਹੜੀ ਮੇਨ ਵਜ੍ਹਾ ਇਹ ਹੀ ਆ ਕਿ ਜਿਹੜਾ ਗਰਾਊਂਡ ਲੈਵਲ 'ਤੇ ਆ, ਇੱਕ ਤਾਂ ਸਾਡਾ ਸਿਲੈਕਸ਼ਨ ਦਾ ਜਿਹੜਾ ਸਿਸਟਮ ਆ ਉਹ ਨਹੀਂ ਸਹੀ। ਹਾਂਜੀ, ਔਰ ਫਿਰ ਜਿਹੜਾ ਕੋਚਿੰਗ ਦਾ ਸਿਸਟਮ ਆ ਉਹ ਵੀ ਸਾਡਾ ਮੈਂ ਸਮਝਦਾ ਕਿ ਨਹੀਂ ਸਹੀ, ਕਿਉਂਕਿ ਅਸੀਂ ਇੱਕ ਤਾਂ ਚਾਹੁੰਦੇ ਹਾਂ ਵੀ ਬਹੁਤ ਜਲਦੀ ਸਪੋਰਟਸ ਦੇ ਵਿੱਚ ਜਿਹੜਾ ਆ ਉਹ ਰਿਜ਼ਲਟ ਹਾਸਲ ਕਰੀਏ, ਜਿਹੜਾ ਕਿ ਪੋਸੀਬਲ ਨਹੀਂ, ਜਿਹੜਾ ਪੋਸੀਬਲ ਨਹੀਂ, ਕਿਉਂਕਿ ਟਾਈਮ ਦੇ ਨਾਲ ਜਦੋਂ ਅਸੀਂ ਪ੍ਰੋਪਰ ਸਿਲੈਕਸ਼ਨ ਕਰਕੇ ਪਲੇਅਰਾਂ ਨੂੰ ਸਿਲੈਕਟ ਕਰਕੇ ਫਿਰ ਜਿਹੜਾ ਕੋਚਿੰਗ ਆ ਉਹ ਪੀਰੀਓਡਿਕ ਕੋਚਿੰਗ ਹੋਣੀ ਚਾਹੀਦੀ ਆ ਵੀ ਪਹਿਲੋਂ ਇੱਕ ਲੈਵਲ 'ਤੇ ਜਿਹੜਾ ਇੱਕ ਕੋਚ ਆ ਉਹਦਾ ਇੱਕ ਲੈਵਲ ਤੱਕ ਉਹਨੂੰ ਤਿਆਰ ਕਰ ਸਕਦਾ, ਉਹਦੇ ਬੇਸਿਕ ਉਹਨੂੰ ਇੰਪਰੂਵ ਕਰਾਵੇ, ਉਸ ਤੋਂ ਬਾਅਦ ਫਿਰ ਦੂਸਰੇ ਸਟੈਂਡਰਡ 'ਤੇ ਆ ਜਾਏ। ਸਾਡੇ ਕੋਲ ਇਹੋ ਜਿਹੇ ਸੈਂਟਰ ਆ ਜਿੱਥੇ ਕੇਵਲ 100-150 ਬੱਚਾ ਆਉਂਦਾ ਆ, ਲੇਕਿਨ ਇੱਕੋ ਹੀ ਕੋਚ ਹੁੰਦਾ, ਉਹ ਥੱਲੇ ਤੋਂ ਲੈ ਕੇ ਉੱਤੇ ਤੱਕ ਉਹ ਹੀ ਕੋਚਿੰਗ ਦੇਈ ਜਾਂਦਾ, ਅਤੇ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਕਿੰਨਾ ਕੁ ਸਟੈਂਡਰਡ ਇੰਪਰੂਵ ਹੋ ਸਕਦਾ। ਇਹ ਇੱਕ ਵਾਕਿਆ ਬੜੀ ਬਦਕਿਸਮਤੀ ਵਾਲੀ ਗੱਲ ਆ। ਇਹ ਇੱਕ ਇਹਦੇ ਨਾਲ ਨਾਲ ਇਹ ਵੀ ਸੁਣਦੇ ਸੀ ਜੀ ਸਾਡੇ ਜਿਹੜੇ ਇੰਡੀਅਨ ਕੋਚਿਸ ਉਨੇ ਅੱਛੇ ਨਹੀਂ, ਵਿਦੇਸ਼ੀ ਕੋਚ ਚਾਹੀਦੇ ਕੁਛ, ਇਹਦੇ ਨਾਲ ਵੀ ਸਹਿਮਤ ਹੋ ਇੱਦਾਂ ਦੀ ਕੋਈ? ਨਹੀਂ, ਇੰਨਾ ਮੈਂ ਇਹਦੇ ਨਾਲ ਇੰਨਾ ਸਹਿਮਤ ਨਹੀਂ। ਇਹ ਇਹ ਜਿਹੜਾ ਇੰਟਰਨੈਸ਼ਨਲ ਕੋਚਿਸ ਆ ਇਹ ਜ਼ਰੂਰ ਕੁਛ ਹੱਦ ਤੱਕ ਸਾਡੇ ਕੋਚਿਸ ਨਾਲੋਂ ਬੈਟਰ ਹੋਣਗੇ, ਪਰ ਉਹਨਾਂ ਦੀ ਲੋੜ ਬਹੁਤ ਐਡਵਾਂਸ ਸਟੇਜ 'ਤੇ ਜਾ ਕੇ ਜਦੋਂ ਇਹਨਾਂ ਦਾ ਬੇਸ ਬਣ ਜਾਵੇ, ਇਹਨਾਂ ਦੀ ਪਰਫੋਰਮੈਂਸ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਆ ਜਾਵੇ, ਜਦੋਂ ਐਡਵਾਂਸ ਟ੍ਰੇਨਿੰਗ ਦੀ ਲੋੜ ਆ ਉੱਥੇ ਜਾ ਕੇ ਮੈਂ ਸਮਝਦਾ ਕਿ ਲੋੜ ਹੋ ਸਕਦੀ ਆ। ਲੇਕਿਨ ਸਾਡੇ ਕੋਚਿਸ ਗਰਾਊਂਡ ਲੈਵਲ 'ਤੇ ਬਹੁਤ ਵਧੀਆ ਕੰਮ ਕਰਦੇ ਆ ਔਰ ਕਰ ਸਕਦੇ। ਚਲੋ, ਇਹਦੇ ਜਿਹੜੀਆਂ ਮੁੱਖ ਗੇਮ ਹੈ ਸਾਡੀ ਜਿਹੜੀ ਹਾਕੀ ਹੈਗੀ ਹੈ ਲੜਕਿਆਂ ਦੀ ਅਤੇ ਲੜਕੀਆਂ ਦੀ, ਇਹਦਾ ਏਸ਼ੀਅਨ ਲੈਵਲ 'ਤੇ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਅੱਗੇ ਨਾਲੋਂ ਵਿਕਾਸ ਹੋਇਆ ਹੈਗਾ? ਦੇਖੋ, ਪਿੱਛੇ ਤਾਂ ਹਾਕੀ ਦਾ ਸਟੈਂਡਰਡ ਕਾਫੀ ਡਿੱਗ ਪਿਆ ਸੀਗਾ, ਲੇਕਿਨ ਹੁਣ ਫਿਰ ਹਾਕੀ ਨੇ ਥੋੜ੍ਹਾ ਜਿਹਾ ਕੀਤਾ ਆ। ਹਾਂਜੀ ਹਾਂਜੀ, ਐਤਕੀ ਵੀ ਉਹਨਾਂ ਦੀ ਪਰਫੋਰਮੈਂਸ ਜਿਹੜੀ ਆ ਏਸ਼ੀਅਨ ਗੇਮਾਂ 'ਤੇ ਠੀਕ ਰਹੀ ਆ, ਠੀਕ ਰਹੀ ਆ, ਅੱਗੇ ਨੂੰ ਇੰਪਰੂਵ ਹੋ ਰਿਹਾ ਆ। ਹਾਂਜੀ, ਲੇਕਿਨ ਇਹਨੂੰ ਹੋਰ ਸਿਸਟਮੈਟਿਕ ਤਰੀਕੇ ਨਾਲ ਜੇ ਟ੍ਰੇਨਿੰਗ ਸ਼ੁਰੂ ਕੀਤੀ ਜਾਵੇ, ਕਰਾਈ ਜਾਵੇ, ਤਾਂ ਮੈਂ ਸਮਝਦਾ ਕਿ ਹੋਰ ਇੰਪਰੂਵਮੈਂਟ ਹੋ ਸਕਦੀ। ਰੈਸਲਿੰਗ ਵਿੱਚ ਆਪਣੇ ਪਦਮ ਸ਼੍ਰੀ ਆਪਣੇ ਕਰਤਾਰ ਜੀ ਸੀ ਭਲਵਾਨ ਜੀ, ਅਤੇ ਉਹਨਾਂ ਨੇ ਵੀ ਬੜੇ ਹਿੰਮਤ ਕੀਤੀ ਹੈਗੀ ਰੈਸਲਿੰਗ ਵਿੱਚ। ਮੇਰੇ ਖਿਆਲ ਅਸੀਂ ਇੱਧਰ ਸਾਡੇ ਪੁਲਿਸ ਵਿੱਚ ਵੀ ਕਾਫੀ ਅੱਛਾ PAP ਕੰਪਲੈਕਸ ਵਿੱਚ ਜਿਹੜੀਆਂ ਇਹਨਾਂ ਦੀ ਕੋਚਿੰਗ ਫੈਸਿਲਿਟੀਜ਼ ਹੈਗੀ ਆ, ਰੈਸਲਿੰਗ ਨੂੰ ਕਿਵੇਂ ਆਪਾਂ ਪ੍ਰਮੋਟ ਕਰ ਸਕਦੇ ਹਾਂ? ਰੈਸਲਿੰਗ PAP ਦੇ ਵਿੱਚ ਬਹੁਤ ਵਧੀਆ ਰੈਸਲਿੰਗ ਚੱਲ ਰਹੀ ਆ, ਔਰ ਪਦਮ ਸ਼੍ਰੀ ਕਰਤਾਰ ਸਿੰਘ ਹੋਣਾ ਨੇ ਜਦੋਂ ਡਾਇਰੈਕਟਰ ਸਪੋਰਟਸ ਰਹੇ ਆ, ਹਾਂਜੀ ਹਾਂਜੀ, ਉਦੋਂ ਵੀ ਰੈਸਲਿੰਗ ਦੇ ਲਈ ਕਾਫੀ ਕੰਮ ਕੀਤਾ, ਕਿਉਂਕਿ ਰੈਸਲਿੰਗ ਦੇ ਨਾਲ ਆਪ ਜੁੜੇ ਜੁੜੇ ਰਹੇ ਹੈ। ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵੀ ਸੁਰ ਸਿੰਘ ਵਾਲਾ ਅਕੈਡਮੀ ਖੋਲ੍ਹੀ ਆ, ਔਰ ਸਾਡੇ ਇੱਥੇ ਜਿਹੜਾ ਸਾਡਾ ਨੇਟਿਵ ਵਿਲੇਜ ਆ ਦਰਿਆਣਾ, ਹਾਂਜੀ, ਉੱਥੇ ਵੀ ਇੱਕ ਬਹੁਤ ਵਧੀਆ ਅਕੈਡਮੀ ਚੱਲ ਰਹੀ ਆ। ਹਾਂਜੀ, ਸੋ ਰੈਸਲਿੰਗ ਕਾਫੀ ਮੈਂ ਸਮਝਦਾ ਕਿ ਅੱਗੇ ਨਾਲੋਂ ਇੰਪਰੂਵ ਕਰ ਰਹੀ ਆ। ਹਾਂਜੀ ਹਾਂਜੀ, ਇਹਦੇ ਨਾਲ ਨਾਲ ਜਿਹੜੀ ਬਾਕੀ ਗੇਮਾਂ ਹੈਗੀਆਂ, ਜਿਵੇਂ ਥੋੜ੍ਹਾ ਜਿਹਾ ਅਸੀਂ ਬੈਡਮਿੰਟਨ ਵਿੱਚ ਵੀ ਥੋੜ੍ਹਾ ਜਿਹਾ ਬੈਟਰ ਗ੍ਰਾਫ ਆਇਆ ਹੈਗਾ, ਜਾਂ ਟੈਨਿਸ ਵਿੱਚ ਵੀ,
ਇੱਦਾਂ ਦੀ ਹੋਰ ਨਰਸਰੀ ਆਪਾਂ ਹੋਰ ਤਿਆਰ ਕਰੀਏ, ਉੱਥੇ ਕੀ ਕਮੀ ਪੇਸ਼ੀ ਜਾਂ ਕਿਵੇਂ ਕਰ ਸਕਦੇ ਹਾਂ? ਐਕਚੁਲੀ ਦੇ ਵਿੱਚ ਇਹ ਜਿਹੜੀਆਂ ਪੋਕਿਟਸ ਆ ਨਾ, ਇਹ ਪੋਕਿਟਸ ਆਪਾਂ ਨੂੰ ਸਿਲੈਕਟ ਕਰਨੀਆਂ ਚਾਹੀਦੀਆਂ ਵੀ ਕਿਹੜੇ ਬੱਚੇ ਕਿੱਥੇ ਆ। ਜਿੱਦਾਂ ਹੁਣ ਤੁਸੀਂ ਦੱਸਿਆ ਵੀ ਫੁੱਟਬਾਲ ਆ, ਫੁੱਟਬਾਲ ਮਾਲਪੁਰ ਏਰੀਆ ਜਿਹੜਾ ਤੁਸੀਂ ਸੁਣਿਆ ਸਭ ਤੋਂ ਬੈਸਟ ਆ, ਹਾਂਜੀ। ਔਰ ਹਾਕੀ ਦੇ ਵਿੱਚ ਜਿਹੜਾ ਜਲੰਧਰ ਦਾ ਸੰਸਾਰਪੁਰ ਦਾ ਏਰੀਆ, ਹਾਂਜੀ। ਸੋ ਇਹ ਪੋਕਿਟਸ ਆਪਾਂ ਨੂੰ ਜਿਹੜੀਆਂ ਆ, ਜਿੱਦਾਂ ਹੁਣ ਬੋਕਸਿੰਗ ਆ, ਸੰਗਰੂਰ ਵਾਲੇ ਪਾਸੇ ਬਹੁਤ ਆ, ਹਾਂਜੀ। ਸੋ ਇਹ ਪੋਕਿਟਸ ਦੇ ਵਿੱਚੋਂ ਪਲੇਅਰਾਂ ਨੂੰ ਲੈ ਕੇ ਉੱਥੇ ਅਕੈਡਮੀਆਂ ਡਿਵੈਲਪ ਕਰਕੇ ਉਹਨਾਂ ਨੂੰ ਪ੍ਰੋਪਰ ਕੋਚਿੰਗ ਦੇ ਕੇ ਸਟੈਂਡਰਡ ਜਿਹੜਾ ਮੈਂ ਸਮਝਦਾ ਕਿ ਇੰਪਰੂਵ ਕੀਤਾ ਜਾ ਸਕਦਾ। ਪਿੱਛੇ ਜੇ ਕਾਮਨਵੈਲਥ ਗੇਮਸ ਹੋਈਆਂ ਸੀ, ਕਾਮਨਵੈਲਥ ਗੇਮ 'ਚ ਵੀ ਅੱਗੇ ਨਾਲੋਂ ਸਾਡਾ ਗ੍ਰਾਫ ਬੈਟਰ ਹੈਗਾ, ਅਤੇ ਉਹ ਕੀ ਕਹਿਣਾ ਚਾਹੁੰਦੇ ਹੈਗੇ ਕੋ ਕਾਮਨਵੈਲਥ ਵਿੱਚ ਕਿਵੇਂ ਆਪਾਂ ਵਧੀਆ ਪ੍ਰਦਰਸ਼ਨ ਹੋਰ ਕਰ ਸਕਦੇ ਹੈਗੇ? ਨਹੀਂ, ਪ੍ਰਦਰਸ਼ਨ ਤਾਂ ਦੇਖੋ, ਚਾਹੇ ਉਹ ਏਸ਼ੀਅਨ ਗੇਮਸ ਹੋਣ, ਚਾਹੇ ਕਾਮਨਵੈਲਥ ਗੇਮ ਹੋਣ, ਚਾਹੇ ਓਲੰਪਿਕਸ ਹੋਵੇ, ਹਾਂਜੀ, ਸਟੈਂਡਰਡ ਤਾਂ ਉਦੋਂ ਹੀ ਵਧਣਾ ਜਦੋਂ ਅਸੀਂ ਉਹਨਾਂ ਨੂੰ ਜ਼ਮੀਨ ਪੱਧਰ ਤੋਂ ਚੰਗੀ ਸਿਲੈਕਸ਼ਨ ਕਰਕੇ ਪ੍ਰੋਪਰ ਟ੍ਰੇਨਿੰਗ ਦੇ ਕੇ ਸਪੋਰਟਸ ਦਾ ਮਾਹੌਲ ਡਿਵੈਲਪ ਕੀਤਾ ਜਾਵੇ ਮੁਲਕ ਦੇ ਵਿੱਚ, ਤਾਂ ਹੀ ਮੈਂ ਸਮਝਦਾ ਕਿ ਇਹਦਾ ਜਿਹੜਾ ਸਟੈਂਡਰਡ ਇੰਪਰੂਵ ਹੋ ਸਕਦਾ। ਹਾਂਜੀ ਹਾਂਜੀ, ਇਹਦੇ ਨਾਲ ਨਾਲ ਜਿਹੜੀ ਜਿਹਦੇ ਕੰਟਰੀ ਦਾ ਬਹੁਤ ਵੱਡਾ, ਹਰ ਕੰਟਰੀ ਦਾ ਪ੍ਰੈਸਟੀਜ ਵਾਲੀ ਗੱਲ ਹੁੰਦੀ, ਓਲੰਪਿਕ ਗੇਮ, ਓਲੰਪਿਕ ਦੇ ਤੁਸੀਂ ਜਿਹੜਾ ਤਿੰਨ ਚਾਰ ਜਿਹੜੇ ਹੋਈਆਂ ਪੀਰੀਅਡ ਵਿੱਚ ਜੇ ਪਿਛਲੇ 15-20 ਸਾਲ ਤੋਂ, ਉਹ ਆਏ ਤੋਂ ਟੂਡੇ ਕਿੱਥੇ ਦੇਖਦੇ ਹੋ? ਨਹੀਂ, ਅੱਗੇ ਨਾਲੋਂ ਤਾਂ ਓਲੰਪਿਕਸ ਦੇ ਵਿੱਚ ਹੁਣ ਤੁਸੀਂ ਦੇਖੋ ਮੈਡਲ ਵੀ ਆ ਰਹੇ ਆ, ਹਾਂਜੀ, ਕਿਉਂਕਿ ਮੈਂ ਜਿਮਨਾਸਟਿਕ ਦੇ ਨਾਲ ਰਿਲੇਟਡ ਹਾਂ, ਐਤਕੀ ਉਹ ਕੁੜੀ ਜਿਹੜੀ ਆ ਤ੍ਰਿਪੁਰਾ ਦੀ, ਤ੍ਰਿਪੁਰਾ ਦੀ ਉਹਨੇ ਪਹਿਲੀ ਵਾਰੀ ਜਿਹੜਾ ਆ ਭਾਰਤ ਦੀ ਚੌਥੀ ਪੋਜੀਸ਼ਨ ਬੇਸ਼ੱਕ ਹਾਸਲ ਕੀਤੀ ਆ, ਪਰ ਬੜੇ ਮਾਣ ਵਾਲੀ ਗੱਲ ਹੈ, ਬੜੇ ਮਾਣ ਵਾਲੀ ਗੱਲ ਹੈ। ਔਰ ਕਾਫੀ ਜਿਮਨਾਸਟਿਕ ਦੇ ਵਿੱਚ ਵੀ ਸਟੈਂਡਰਡ ਜਿਹੜਾ ਹਾਂ ਥੋੜਾ ਅਪ ਹੋ ਰਿਹਾ, ਕਾਫੀ ਇੰਪਰੂਵ ਹੋਇਆ। ਹਾਂਜੀ ਹਾਂਜੀ ਹਾਂਜੀ, ਅਤੇ ਇਹਦੇ ਨਾਲ ਨਾਲ ਤੁਸੀਂ ਜਿਹੜਾ ਮੇਨ ਹੈਗਾ, ਜਿਹੜੀ ਜਿੱਥੋਂ ਕਿ ਪਿੰਡਾਂ ਤੋਂ ਆਉਣੀ ਹੈਗੀ, ਜਿਹੜਾ ਪੂਰਾ ਪੰਜਾਬ ਹੀ ਅਤੇ ਪੂਰਾ ਇੰਡੀਆ ਪਿੰਡਾਂ ਦਾ ਦੇਸ਼ ਹੈਗਾ, ਇਹ ਕਿਵੇਂ ਇਹੋ ਇੰਫਰਾਸਟ੍ਰਕਚਰ ਕਰ ਰਹੇ ਜਿਹੜਾ ਗ੍ਰਾਸਰੂਟ ਲੈਵਲ ਦਾ ਟੇਲੈਂਟ ਉਹ ਡਿਵੈਲਪ ਹੋਵੇ? ਦੇਖੋ, ਮੈਂ ਪਹਿਲਾਂ ਹੀ ਇਹ ਗੱਲ ਦੱਸੀ ਆ ਵੀ ਪਿੰਡਾਂ ਦੇ ਵਿੱਚ ਜਿੰਨਾ ਚਿਰ ਅਸੀਂ ਸਪੋਰਟਸ ਦਾ ਕਲਚਰ ਡਿਵੈਲਪ ਨਹੀਂ ਕਰਦੇ, ਜਿਹੜੀਆਂ ਪੰਚਾਇਤਾਂ ਆ ਇਹਨਾਂ ਨੂੰ ਪੋਲੀਟੀਕਲ ਲੈਵਲ ਤੋਂ ਪੇਂਡੂ ਲੜਾਈ ਝਗੜਿਆਂ ਤੋਂ ਉੱਪਰ ਉੱਠ ਕੇ ਜਿਹੜੀਆਂ ਇਹਨਾਂ ਕੋਲ ਪੇਂਡੂ ਪੰਚਾਇਤੀ ਜ਼ਮੀਨਾਂ ਆ ਇਹਨਾਂ ਦੇ ਵਿੱਚ ਗਰਾਊਂਡਾਂ ਬਣਾਉਣ, ਉੱਥੇ ਇੱਕ ਇਹੋ ਜਿਹਾ ਕਲਚਰ ਡਿਵੈਲਪ ਕਰਨ, ਸਪੋਰਟਸ ਦਾ ਮਾਹੌਲ ਬਣਾਉਣ ਕਿ ਜਿਹੜੇ ਯੰਗ ਬੱਚੇ ਜਿਹੜੇ ਹੁਣ ਜੇ ਹੁਣ ਤੁਸੀਂ ਦੇਖੋ ਸਟੇਡੀਅਮ ਜਿਹੜੇ ਪਿੰਡਾਂ 'ਚ ਆ ਉਜੜੇ ਪਏ ਆ, ਜਿਹੜੀਆਂ ਗਰਾਊਂਡਾਂ ਆ ਉੱਥੇ ਝਾੜੀਆਂ। ਜੇ ਗਵਰਨਮੈਂਟ ਨੇ ਜਦੋਂ ਪਿਛਲੀ ਬਾਦਲ ਸਰਕਾਰ ਸੀ ਇਹਨੇ ਥੋੜ੍ਹੀਆਂ ਗਰਾਂਟਾਂ ਤਾਂ ਦਿੱਤੀਆਂ ਸੀ ਪਿੰਡਾਂ ਵਿੱਚ, ਮਤਲਬ ਇਨਸਫੀਸ਼ੀਐਂਟ ਸੀ ਤੁਹਾਡੇ ਹਿਸਾਬ ਨਾਲ? ਨਹੀਂ, ਜਿੱਥੇ ਗਰਾਂਟਾਂ ਦਿੱਤੀਆਂ ਵੀ ਉਹ ਮੇਰਾ ਖਿਆਲ ਪ੍ਰੋਪਰ ਉਹਨਾਂ ਲੱਗੀਆਂ ਨੇ ਅੱਛਾ। ਸੋ ਜੇ ਹੁਣ ਗਰਾਊਂਡਾਂ ਦੇ ਵਿੱਚ ਦਰਖਤ ਬੁੱਝੇ ਆ ਤਾਂ ਉਹ ਤਾਂ ਫਿਰ ਉਹੀ ਉੱਥੇ ਨਿਆਣੇ ਜਾ ਕੇ ਖੇਡਣ ਦੀ ਬਜਾਏ ਨਸ਼ਾ ਹੀ ਪੀਣਗੇ। ਸੋ ਆਪਾਂ ਨੂੰ ਉੱਥੇ ਗਰਾਊਂਡਾਂ ਪ੍ਰੋਪਰ ਬਣਾ ਕੇ, ਜਿਹੜੀਆਂ ਪੰਚਾਇਤਾਂ ਆ ਉਹਨਾਂ ਨੂੰ ਗਰਾਊਂਡਾਂ ਬਣਾ ਕੇ ਨਿਆਣਿਆਂ ਨੂੰ ਇੱਕ ਇਹੋ ਜਿਹਾ ਮਾਹੌਲ ਦੇਣਾ ਚਾਹੀਦਾ ਵੀ ਪਿੰਡਾਂ ਦੇ ਵਿੱਚ ਬੱਚੇ ਸ਼ਾਮ ਨੂੰ ਜਾ ਕੇ ਉਹਨਾਂ ਦਾ ਜੀ ਕਰੇ ਸਪੋਰਟਸ ਕਰਨ। ਬਹੁਤ ਅੱਛੀ ਗੱਲ, ਬਹੁਤ ਅੱਛੀ। ਇੱਕ ਮੈਨੂੰ ਹੋਰ ਸਵਾਲ ਮੇਰੇ ਮਨ ਵਿੱਚ ਆਉਂਦਾ ਹੈਗਾ, ਸਾਡੀ ਪੰਜਾਬ ਸਰਕਾਰ ਵੀ, ਹਰਿਆਣੇ ਵਾਲੀ ਸਰਕਾਰ ਵੀ ਜਾਂ ਹੋਰ ਸਰਕਾਰਾਂ ਵੀ, ਜਦੋਂ ਕੋਈ ਜਿੱਤ ਜਾਂਦਾ ਹੈਗਾ ਉਹਨੂੰ ਵੱਡੇ ਵੱਡੇ ਇਨਾਮ ਦੇ ਦਿੰਦੇ ਹੈਗੇ, ਅਤੇ ਉਹ ਤਾਂ ਚਲੋ ਅੱਛੀ ਗੱਲ ਆ, ਪਰ ਉਹ ਜਿਹੜੇ ਜਿਨ੍ਹਾਂ ਨੂੰ ਮਿਲਣੇ ਹੈਗੇ ਉਹ ਨਰਸਰੀ ਡਿਵੈਲਪ ਨਹੀਂ ਹੁੰਦੀ, ਜੇ ਪਹਿਲਾਂ ਕੁਛ ਇਨਸੈਂਟਿਵ ਇੱਦਾਂ ਦੇ ਰੱਖ ਦਿੱਤੇ ਜਾਣ? ਬਹੁਤ ਵਧੀਆ ਤੁਸੀਂ ਇਹ ਸਵਾਲ ਕੀਤਾ ਆ ਵੀ ਜਦੋਂ ਖਾਸ ਕਰਕੇ ਜਿਹੜੇ ਇਨਸੈਂਟਿਵ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪਹਿਲਾਂ, ਪਲੇਅਰ ਨੂੰ ਪਤਾ ਹੋਣਾ ਚਾਹੀਦਾ ਜੇ ਮੈਂ ਨੈਸ਼ਨਲ ਲੈਵਲ 'ਤੇ ਗਿਆ ਤਾਂ ਮੇਰੀ ਕਿਹੜੀ ਜੋਬ ਮਿਲਣੀ ਆ, ਜੇ ਮੈਂ ਇੰਟਰਨੈਸ਼ਨਲ ਲੈਵਲ 'ਤੇ ਗਿਆ ਤਾਂ ਮੈਨੂੰ ਕਿਸ ਲੈਵਲ ਦੀ ਜੋਬ ਮਿਲਣੀ ਆ। ਜਦੋਂ ਜੋਬ ਦੀ ਸਿਕਿਉਰਿਟੀ ਹੋਊਗੀ ਤਾਂ ਫੇਰ ਹੀ ਮੈਂ ਸਮਝਦਾ ਕਿ ਪਲੇਅਰ ਜਿਹੜੇ ਇਸ ਪਾਸੇ ਨੂੰ ਲੱਗਣਗੇ ਔਰ ਸਪੋਰਟਸ ਦਾ ਜਿਹੜਾ ਸਟੈਂਡਰਡ ਆ ਇੰਪਰੂਵ। ਬਹੁਤ ਅੱਛੀ ਗੱਲ ਹੈ। ਇੱਕ ਦੋ ਗੱਲਾਂ ਹੋਰ ਇਹਦੇ ਨਾਲ ਰਿਲੇਟਡ, ਕਈ ਵਾਰੀ ਉਹ ਜਦੋਂ ਆ ਜਿਹੜੇ ਸਾਡੇ
ਨੈਸ਼ਨਲ ਅਵਾਰਡ ਮਿਲਣੇ ਹੁੰਦੇ ਉਦੋਂ ਵੀ ਕਈ ਪਲੇਅਰ ਵਿੱਚ ਕੰਟੈਂਟਮੈਂਟ ਹੁੰਦੀ ਹੈ ਜੀ, ਮੇਰਾ ਉਹਦੇ ਨਾਲ ਲੈਵਲ ਜ਼ਿਆਦਾ ਸੀ, ਉਹਨੂੰ ਮਿਲ ਗਿਆ, ਮੈਨੂੰ ਨਹੀਂ ਮਿਲਿਆ ਹੈਗਾ, ਉਹ ਜਾਇਜ਼ ਹੁੰਦਾ ਕਿ ਜਾਇਜ਼? ਸਾਨੂੰ ਤਾਂ ਉਹ ਦੇਖੋ ਕੋਈ ਬਹੁਤ ਜ਼ਿਆਦਾ ਮੈਂ ਇਹਦੇ 'ਤੇ ਨਾ ਤਾਂ ਕਮੈਂਟ ਕਰਨਾ ਚਾਹੁੰਦਾ, ਕਿਉਂਕਿ ਇਹ ਜਿਹੜੀਆਂ ਫੈਡਰੇਸ਼ਨ ਆ, ਹਾਂਜੀ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੀਆਂ ਫੈਡਰੇਸ਼ਨ ਆ ਸਾਡੀਆਂ, ਇਹਦੇ ਵਿੱਚ ਸਪੋਰਟਸਮੈਨਾਂ ਦੀ ਇਨਵੋਲਵਮੈਂਟ ਜ਼ਿਆਦਾ ਹੋਣੀ ਚਾਹੀਦੀ। ਅੱਜ ਕੱਲ੍ਹ ਜਿੰਨੇ ਫੈਡਰੇਸ਼ਨਾਂ ਦੇ ਪ੍ਰਧਾਨ ਆ, ਮੋਸਟਲੀ ਉਹ ਪੋਲੀਟੀਸ਼ੀਅਨ ਆ ਔਰ ਜਾਂ ਨੋਨ ਸਪੋਰਟਸਮੈਨ ਆ, ਸੋ ਉੱਥੇ ਉਹਨਾਂ ਨੂੰ ਪ੍ਰੋਪਰ ਪਤਾ ਹੀ ਨਹੀਂ ਹੁੰਦਾ ਵੀ ਕਿਹੜਾ ਪਲੇਅਰ ਜਿਹੜਾ ਉਹ ਡਿਜ਼ਰਵਿੰਗ ਆ, ਕਿਹਨੂੰ ਦੇਣਾ ਚਾਹੀਦਾ, ਸੋ ਥੋੜ੍ਹਾ ਬਹੁਤਾ ਡਿਸਕ੍ਰੀਮੀਨੇਸ਼ਨ ਹੋ ਜਾਂਦੀ ਆ, ਲੇਕਿਨ ਅਦਰਵਾਈਜ਼ ਠੀਕ ਹੈ। ਇੱਕ ਆ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿੰਨੀਆਂ ਵੀ ਫੈਡਰੇਸ਼ਨਾਂ ਹੈਗੀਆਂ, ਜੇ ਉਹ ਜਿਹੜੀ ਗੇਮ ਦਾ ਉਹ ਫੈਡਰੇਸ਼ਨ ਹੈਗੀ, ਜੇ ਉਸੇ ਗੇਮ ਦਾ ਉਹ ਪਲੇਅਰ ਉਹਦਾ ਹੈੱਡ ਬਣੇਗਾ ਤਾਂ ਉਹ ਜ਼ਿਆਦਾ ਵਧੀਆ ਕੰਟਰੀਬਿਊਟ ਕਰ ਸਕੇਗਾ। ਇਸ ਹਿਸਾਬ ਨਾਲ ਪੂਰਾ ਇਹ ਨੈਸ਼ਨਲ ਲੈਵਲ ਦਾ ਸਿਸਟਮ ਨਹੀਂ ਚੇਂਜ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ। ਤੁਸੀਂ ਦੇਖੋ ਹੁਣ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਆ, ਹਾਂਜੀ, ਉਹ ਖੁਦ ਸਪੋਰਟਸਮੈਨ ਆ, ਓਲੰਪੀਅਨ ਆ, ਹਾਂਜੀ ਹਾਂਜੀ, ਔਰ ਉਹਨਾਂ ਦੇ ਆਉਣ ਦੇ ਨਾਲ ਇੱਕ ਮੁਲਕ ਦੇ ਵਿੱਚ ਪਲੇਅਰਾਂ ਨੂੰ ਇੱਕ ਕੌਨਫੀਡੈਂਸ ਹੋਇਆ ਵੀ ਜਾਂ ਸਾਡਾ ਜਿਹੜਾ ਸਪੋਰਟਸ ਮਿਨਿਸਟਰ ਆ ਉਹ ਸਪੋਰਟਸਮੈਨ ਆ, ਹਾਂਜੀ, ਔਰ ਉਹਦੇ ਆਉਣ ਦੇ ਨਾਲ, ਹਾਂਜੀ ਹਾਂਜੀ, ਕਿਉਂਕਿ ਉਹ ਬੇਸਿਕਲੀ ਸਪੋਰਟਸ ਨਾਲ ਜੁੜਿਆ ਹੋਇਆ, ਹਾਂਜੀ ਹਾਂਜੀ, ਤਾਂ 50% ਫਰਕ ਪੈ ਗਿਆ, ਹਾਂਜੀ ਹਾਂਜੀ। ਸੋ ਨੈਚੁਰਲੀ ਜੇ ਫੈਡਰੇਸ਼ਨਾਂ ਦੇ ਹੈੱਡ ਜਿਹੜੇ ਆ ਉਸ ਗੇਮ ਨਾਲ ਰਿਲੇਟਡ ਹੋਣਗੇ ਤਾਂ ਉਹ ਗਰਾਸ ਰੂਟ ਨੂੰ ਜਾਣਦੇ ਹੋਣਗੇ ਔਰ ਉਹ ਗੇਮ ਦਾ ਸਟੈਂਡਰਡ ਉੱਤੇ ਚੱਕ ਸਕਦੇ। ਚਲੋ ਇੱਕ ਦੋ ਸਵਾਲ ਹੋਰ। ਜਿਹੜੇ ਸਾਡੇ NRI ਆ ਉਹ ਬੜੇ ਬਾਹਰ ਹੈਗੇ ਆ, ਪੈਸੇ ਵੀ ਚੰਗੇ ਕਮਾਏ, ਉਹਨਾਂ ਦੇ ਖਰਚਦੇ ਵੀ ਸੋਹਣੇ ਹੈਗੇ, ਅਤੇ ਜੇ ਕੋਈ ਫੰਡਿੰਗ ਲਈ ਗੌਰਮੈਂਟ NRI ਨੂੰ ਥੋੜ੍ਹਾ ਜਿਹਾ ਉਤਸ਼ਾਹਿਤ ਕਰੇ, ਉਹਨਾਂ ਨੂੰ ਮਾਣ ਸਨਮਾਨ ਦੇਵੇ, ਵੱਖ ਵੱਖ ਖੇਤਰਾਂ ਵਿੱਚ ਉਹ ਯੋਗਦਾਨ ਪਾ ਲੈਣ। ਬਿਲਕੁਲ, ਬਹੁਤ ਵੱਡਾ ਤੁਹਾਡਾ ਇਹ ਵਧੀਆ ਕੁਐਸਚਨ ਆ, ਕਿਉਂਕਿ NRI ਜਿਹੜੇ ਆ ਉਹ ਆਪਣੇ ਪਿੱਛੇ ਆਪਣੀ ਮਿੱਟੀ ਨਾਲ ਆਪਣੇ ਪੰਜਾਬ ਨਾਲ ਬੇਸਿਕ ਤੌਰ 'ਤੇ ਜੁੜੇ ਹੋਏ ਆ, ਔਰ ਉਹ ਹਰੇਕ ਫੀਲਡ ਦੇ ਵਿੱਚ, ਸਪੋਰਟਸ 'ਚ ਨਹੀਂ, ਹਰੇਕ ਫੀਲਡ ਦੇ ਵਿੱਚ ਚਾਹੁੰਦੇ ਆ ਵੀ ਸਾਡਾ ਬੇਸ਼ੱਕ ਜਿੱਥੇ ਮਰਜ਼ੀ ਯੋਗਦਾਨ ਲੈਣਾ ਅਸੀਂ ਚਾਹੀਏ ਉਹ ਦੇਣ ਨੂੰ ਤਿਆਰ ਰਹਿੰਦੇ ਆ। ਅਸੀਂ ਜਦੋਂ ਮੈਂ ਪੁਲਿਸ ਦੀ ਟੀਮ ਦਾ ਇੰਚਾਰਜ ਹੁੰਦਾ ਸੀ ਤਾਂ ਉਦੋਂ ਸਾਡੇ ਦੋਸਤ ਉੱਥੇ ਇੰਗਲੈਂਡ ਆ, ਅਸੀਂ ਉੱਥੇ ਇੰਗਲੈਂਡ ਜਿਹੜੀ ਆ ਪੁਲਿਸ ਦੀ ਟੀਮ ਲੈ ਕੇ ਗਏ ਸੀ ਔਰ ਉੱਥੇ ਅਸੀਂ ਤਕਰੀਬਨ 1 ਮਹੀਨਾ ਇਹਨਾਂ ਦਾ ਕੋਚਿੰਗ ਕੈਂਪ ਲਾਇਆ ਸੀ। ਅੱਛਾ। ਔਰ ਉਹ ਬੜਾ ਖੁਸ਼ ਹੋ ਕੇ ਮਦਦ ਕਰਨ ਨੂੰ ਤਿਆਰ ਆ, ਔਰ ਬਹੁਤ ਪਲੇਅਰ ਸਾਡੇ ਬਾਹਰ ਜਾ ਕੇ ਟ੍ਰੇਨਿੰਗ ਲੈ ਕੇ ਆਏ ਆ ਔਰ NRI ਨੇ ਉਹਨਾਂ ਦੀ ਬੜੀ ਮਦਦ ਕੀਤੀ ਹੈ, ਔਰ ਸਾਨੂੰ ਵੀ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਜਦੋਂ ਇੱਥੇ ਆਉਣ, ਉਹਨਾਂ ਦੀ ਇੱਜ਼ਤ ਮਾਣ ਤਾਂ ਕਿ ਹੋਰ ਜਿਹੜਾ ਸਪੋਰਟਸ ਨੂੰ ਉੱਤੇ ਲਿਜਾਣ 'ਚ ਸਾਡੀ ਮਦਦ ਕਰਨ। ਇੱਕ ਥਿਆੜਾ ਜੀ ਆ, ਜਿਹੜੀ ਸਾਡਾ ਗੁਆਂਢੀ ਸੂਬਾ ਜਿਹੜਾ ਹੈਗਾ ਹਰਿਆਣਾ, ਉਹ ਸਾਡੇ ਨਾਲ ਸਪੋਰਟਸ ਵਿੱਚ ਅੱਗੇ ਲੰਘ ਗਿਆ ਹੈਗਾ, ਅਸੀਂ ਪਿੱਛੇ ਰਹਿ ਗਏ ਹੈਗੇ, ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਇਹੀ ਹੈ ਜੀ ਵੀ ਹਰਿਆਣੇ ਨੇ ਜਿਹੜਾ ਸਪੋਰਟਸ ਦੇ ਉੱਤੇ, ਇੱਕ ਤਾਂ ਉਹਨਾਂ ਦਾ ਬਜਟ ਬਹੁਤ ਇਨਕਰੀਜ਼ ਹੋਇਆ, ਸਪੋਰਟਸ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਨੇ ਪੈਸਾ ਖਰਚਿਆ, ਹਾਂਜੀ, ਔਰ ਪਲੇਅਰਾਂ ਨੂੰ ਇਨਸੈਂਟਿਵ ਬਹੁਤ ਦਿੱਤਾ ਹੈ, ਹਾਂਜੀ, ਜਿੱਥੇ ਸਾਡੇ ਇੱਥੇ ਜਿਹੜਾ ਓਲੰਪਿਕਸ 'ਚੋਂ ਜਾਂ ਏਸ਼ੀਅਨ 'ਚੋਂ ਜੇ 2 ਲੱਖ ਰੁਪਈਆ ਦਿੰਦਾ ਤਾਂ ਉਹ ਉਹਨਾਂ ਨੇ ਹਰਿਆਣੇ ਵਾਲਿਆਂ ਨੇ 20-25 ਲੱਖ ਦਿੱਤਾ, ਹਾਂਜੀ ਹਾਂਜੀ, ਔਰ ਉਹਨਾਂ ਨੇ ਇੰਫਰਾਸਟਰਕਚਰ ਜਿਹੜਾ ਉਹ ਬੜਾ ਇੰਪਰੂਵ ਕੀਤਾ, ਇੰਫਰਾਸਟਰਕਚਰ ਬਹੁਤ। ਸੋ ਹਰਿਆਣਾ, ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਸਾਡੇ ਨਾਲੋਂ ਕਾਫੀ ਜ਼ਿਆਦਾ ਸਪੋਰਟਸ ਦੇ ਵਿੱਚ ਅੱਗੇ ਲੱਗ। ਚਲੋ ਇੱਕ ਲਾਸਟ ਵਿੱਚ ਆ, ਹੁਣ ਨਵਾਂ ਸਾਲ ਚੜ੍ਹਿਆ ਹੈਗਾ 2019 ਅਤੇ ਸਾਡੇ ਵੱਖ ਵੱਖ ਕੰਪੀਟੀਸ਼ਨ ਇੱਥੇ ਵੀ ਹੋਣੇ ਹੈਗੇ, ਅਗਾਂਹ ਫਿਰ ਚੱਲਦੇ ਰਹਿਣੇ ਹੈਗੇ, ਨੌਜਵਾਨਾਂ ਨੂੰ ਸੁਨੇਹਾ ਜ਼ਰੂਰ ਦਿਓ ਵਧੀਆ ਤਾਂ ਕਿ ਸਪੋਰਟਸ ਵਧੀਆ ਪਰਫੋਰਮੈਂਸ ਕਰ। ਨੌਜਵਾਨਾਂ ਨੂੰ ਤਾਂ ਇਹੀ ਸੁਨੇਹਾ ਜੀ ਵੀ ਜਿਹੜਾ ਸਾਡਾ ਪੰਜਾਬ ਨਸ਼ਿਆਂ ਦੇ ਕਰਕੇ ਕਾਫੀ ਪਿੱਛੇ ਜਾ ਚੁੱਕਾ ਆ, ਜੀ ਜੀ, ਉਹ ਇਸ ਕਿਉਂਕਿ ਨਸ਼ਿਆਂ ਨੂੰ ਛੱਡ ਕੇ ਸਪੋਰਟਸ ਵਾਲੇ ਪਾਸੇ ਨੂੰ ਆਪ ਵੀ ਲੱਗਣ, ਔਰ ਜਿਹੜੇ ਪਿੰਡਾਂ ਦੇ ਵਿੱਚ ਯੰਗ ਜਨਰੇਸ਼ਨ ਆ, ਜਿਹੜੇ ਸਾਡੇ ਬਜ਼ੁਰਗ ਆ ਪਿੰਡਾਂ ਦੇ ਵਿੱਚ, ਉਹ ਵੀ ਬੱਚਿਆਂ ਨੂੰ ਇਸ ਪਾਸੇ ਲਾਉਣ, ਕਿਉਂਕਿ ਨਸ਼ਿਆਂ ਨੂੰ ਛੱਡ ਕੇ ਜੇ ਆਪਾਂ ਸਪੋਰਟਸ ਵੱਲ ਲੱਗਾਂਗੇ ਆਪਣਾ ਸਰੀਰ ਵੀ ਠੀਕ ਰਹੂਗਾ, ਔਰ ਸਪੋਰਟਸ ਦਾ ਸਟੈਂਡਰਡ ਵੀ ਜਿਹੜਾ ਆ ਉਹ ਉੱਚਾ ਜਾ ਸਕਦਾ।
ਬਹੁਤ ਅੱਛੀ ਗੱਲ ਥਿਆੜਾ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨਾਲ ਕੀਤੀ ਹੈਗੀ। ਮੈਨੂੰ ਉਮੀਦ ਆ ਜਿਹੜੇ ਸਾਡੇ ਦਰਸ਼ਕ ਹੈ ਇੱਥੇ ਪੰਜਾਬ ਇੰਡੀਆ ਵਿੱਚ ਜਾਂ ਦੇਸ਼ ਵਿਦੇਸ਼ ਕੈਨੇਡਾ ਅਮੈਰੀਕਾ ਵਿੱਚ ਦੇਖ ਰਹੇ ਹੈਗੇ ਇਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣਗੇ। ਅਸੀਂ ਥਿਆੜਾ ਸਾਹਿਬ ਅਗਾਂਹ ਵੀ ਤੁਹਾਡੇ ਨਾਲ ਇਹਨਾਂ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਸੋ ਮਚ।